ਜੀ ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਵੀਰਾਂ ਦਾ ਭਰਾਵਾਂ ਦਾ? ਤੁਸੀਂ ਜੁੜੇ ਹੋ ਸਾਡੇ ਯੂਟਿਊਬ ਚੈਨਲ ਰੰਗਲਾ ਪੰਜਾਬ ਦੇ ਨਾਲ, ਅਤੇ ਮੈਂ ਵਾਂ ਤੁਹਾਡਾ ਸੰਗੀ, ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਵੀਰੋ, ਅੱਲਾ ਸੋਹਣੇ ਨੇ ਬਾਰਿਸ਼ ਦੀ ਰਹਿਮਤ ਨਾਲ ਨਵਾਜ਼ਿਆ ਹੈ, ਅਤੇ ਇਹ ਵੇਖੋ ਜੀ, ਤਿਲੀ ਦੇ ਵਿੱਚ ਇਹ ਬੂਟੀ ਹੋ ਗਈ, ਇਹਨੂੰ ਸਾਡੇ ਇਹ ਜ਼ਬਾਨ 'ਚ, ਸਾਡੇ ਇਲਾਕੇ ਦੀ ਜ਼ਬਾਨ 'ਚ ਤਾਂ ਇਹਨੂੰ ਕੌੜੀ ਜਿਹੜੀ ਹੈ ਬੂਟੀ ਕਹਿੰਦੇ ਨੇ। ਅਤੇ ਇਹ ਵੇਖੋ, ਤਿਲੀ ਦੇ ਉੱਤੇ ਚੜ੍ਹ ਕੇ ਉਹ ਕੱਢਣ ਲਈ ਆਏ ਹੈ। ਅੱਜ ਦੇ ਵਲੌਗ 'ਚ ਤੁਹਾਨੂੰ ਵਿਖਾਵਾਂਗੇ ਕਿ ਇੱਕ ਛੋਟੀ ਜਿਹੀ ਫੈਮਿਲੀ ਮਿਲ ਕੇ ਕਿਸ ਤਰ੍ਹਾਂ ਪੰਜਾਬ ਦੇ ਖੁੱਲ੍ਹੇ ਖੁੱਲ੍ਹੇ ਖੇਤਾਂ 'ਚ ਵਿਦਿਆਰਥੀ ਜ਼ਿੰਦਗੀ ਗੁਜ਼ਾਰਦਿਆਂ ਹੋਇਆ ਰੋਜ਼ੀ ਰੋਟੀ ਲਈ ਐਫਰਟ ਕਰ ਰਹੀ ਹੈ, ਔਰ ਕਿਵੇਂ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ। ਅੱਜ ਅਸੀਂ ਤੁਹਾਨੂੰ ਉਹ ਵਿਖਾਵਾਂਗੇ ਜਿਹੜੀ ਸਾਡੀ ਅਸਲ ਲਾਈਫ ਹੈ, ਜਿੱਥੋਂ ਸਾਨੂੰ ਅੱਲਾ ਹਾਂ ਸ਼ਹਿਰੀ ਕਹਿ ਰਿਹਾ, ਆ ਜਾਓ ਤੁਸੀਂ ਵੀ ਬੂਟੀ ਪੱਟ ਲਓ। ਵੈਸੇ ਤੁਸੀਂ ਸਾਰੇ ਆ ਜਾਓ, ਜਿਵੇਂ ਸਾਡੇ ਕੋਈ ਤਕਰੀਬਨ 10,000 ਫਾਲੋਅਰ ਹੋਏ ਖੜੇ ਨੇ, ਅਤੇ ਆਪਾਂ ਜੱਟਾਂ 'ਚ ਬੂਟੀ ਪੱਟ ਲੈਣੀ, ਕਿਉਂ ਜ਼ਿਆਦਾ ਸਾਹਿਬ? ਇਹ ਵਿਖਾਓ ਨਾ, ਇਹ ਬੂਟੀ ਹੈ ਜਨਾਬ, ਅਤੇ ਬੱਚਾ ਪਾਰਟੀ ਨੂੰ ਨਾਲ ਲੈ ਕੇ ਆਏ ਹਾਂ, ਅਤੇ ਅਸੀਂ ਇੱਕ ਕਿਆਰਾ ਡੇਲੀ ਪਾ ਇਹ ਹੁਣ ਬਾਰਿਸ਼ ਹੋਈ ਹੈ ਨਾ, ਅਤੇ ਇਹਦੇ ਮੁੱਢ ਹੁਣ ਪੋਲੇ ਹੋਏ ਖੜੇ ਨੇ, ਇਸ ਵਾਸਤੇ ਕੰਮ ਸੌਖਾ ਹੋਇਆ ਗਲੇ। ਇਹ ਵੇਖੋ, ਇਹ ਹੁਣ ਤਾਂ ਐਵੇਂ ਜਾ ਰਹੀ ਹੈ, ਅਗਰ ਸਖਤ ਹੋਵੇ ਤਾਂ ਫਿਰ ਇਸ ਤਰ੍ਹਾਂ ਉੱਤੋਂ ਟੁੱਟ ਜਾਣਾ ਸੀ, ਇਸ ਤਰ੍ਹਾਂ ਉੱਤੋਂ ਟੁੱਟਿਆ ਨਾ, ਲੇਕਿਨ ਇਹਨੂੰ ਮੁੱਢੋਂ ਕੱਢੋ। ਔਰ ਅਗਰ ਇਹ ਪੱਕ ਗਈ ਨਾ ਵੀਰੋ, ਜਿਨ੍ਹਾਂ ਜਿਨ੍ਹਾਂ ਦੀਆਂ ਤਿਲੀਆਂ ਨੇ ਉਹਨਾਂ ਨੂੰ ਦੱਸੀਏ, ਅਗਰ ਇਹ ਪੱਕ ਗਈਆਂ ਨਾ ਤਾਂ ਫਿਰ ਮਸਲਾ ਬਣ ਜਾਣਾ। ਮਸਲਾ ਇਹ ਬਣ ਜਾਣਾ ਕਿ ਇਹਦੇ 'ਚ ਫਲੀ ਪੈ ਗਈ ਨਾ, ਅਤੇ ਫਲੀ ਪੱਕ ਕੇ ਡਿੱਗ ਪਈ ਅੱਗੇ, ਅਸੀਂ ਪਿਛਲੀ ਵਾਰੀ ਆ ਵਿਖਾਓ ਨਾ, ਟਾਈਮ 'ਤੇ ਨਹੀਂ ਪੱਟਿਆ ਅਤੇ ਉਹ ਪੱਕ ਅਤੇ ਫਲੀ ਪਈ ਇੱਥੇ, ਆਓ ਕਿੰਨਾ ਜ਼ਿਆਦਾ ਹੋ ਗਿਆ ਨੇ, ਮਤਲਬ 20 ਵਿੱਚ ਡਿੱਗ ਪਿਆ ਦੁਬਾਰਾ। ਇਸ ਵਾਸਤੇ ਇਹਨੂੰ ਪੱਕਣ ਨਹੀਂ ਦੇਣਾ, ਦੁਸ਼ਮਣ ਦੇ ਪੱਕਣ ਤੋਂ ਪਹਿਲੇ ਉਹਨੂੰ ਮਾਰਨਾ, ਇਹ ਸਾਡੀ ਤਿਲੀ ਦੀ ਦੁਸ਼ਮਣ ਹੈ। ਇਹ ਵੇਖੋ ਕਿੰਨੀ ਹੁਣ ਉੱਤੇ ਚੜੀ ਪਈ, ਤੁਸੀਂ ਨੋਟ ਕਰ ਰਹੇ ਹੋਵੋਗੇ, ਕਿਉਂਕਿ ਉਹ ਨਾ ਸਿਆਣੇ, ਕਿਉਂ ਜ਼ਿਆਦਾ ਸਾਹਿਬ, ਸਿਆਣੇ ਕਹਿੰਦੇ ਨੇ ਵੀ ਜਿਹੜੀਆਂ ਜਿਹੜੀ ਫਸਲ ਹੈ ਨਾ ਭਾਈ, ਇਹ ਜ਼ਮੀਨ ਦੀ ਮਤਰੇਈ ਔਲਾਦ ਹੈ, ਅਤੇ ਜਿਹੜੀਆਂ ਜਿਹੜੀ ਬੂਟੀਆਂ ਨੇ ਉਹ ਸੱਕੀ ਔਲਾਦ ਹੈ, ਯਾਨੀ ਕਿ ਜ਼ਮੀਨ ਜਿਹੜੀ ਬੂਟੀਆਂ ਨੂੰ ਜ਼ਿਆਦਾ ਚੁੱਕਦੀ ਹੈ। ਆ ਤੁਸੀਂ ਚੈੱਕ ਕਰ ਲਓ, ਤਿਲੀ ਨੂੰ ਉਵੇਂ ਨਹੀਂ ਚੁੱਕਿਆ ਜਿਵੇਂ ਆ ਕੌੜੀ ਬੂਟੀ ਨੂੰ ਉਹਨੇ ਚੁੱਕਿਆ, ਸਮਝ ਗਿਆ ਜੀ ਨਾ? ਜ਼ਿਆਦ ਸਾਹਿਬ ਵੀ ਜੀ ਸਾਡੇ ਨਾਲ ਨੇ, ਉਹ ਵੀ ਪੱਟ ਰਹੇ ਨੇ। ਜ਼ਿਆਦ ਸਾਹਿਬ ਮਜ਼ਾ ਆ ਰਿਹਾ? ਬਹੁਤ ਜ਼ਿਆਦਾ, ਹੈਂ ਬਸ ਐਵੇਂ ਹੱਥ ਲਾ ਰਿਹਾ ਤੇ ਪਟੀ ਜਾਂਦੀ ਕਿਉਂਕਿ ਬਾਰਿਸ਼ ਆਈ ਹੋਈ। ਅੱਛਾ ਅੱਛਾ, ਤੇ ਜਿਹੜੀ ਗੱਲ ਸੀ ਸੱਕੀ ਤੇ ਮਤਰੇਈ ਵਾਲੀ, ਉਹ ਮੈਂ ਸਹੀ ਕੀਤੀ? ਬਿਲਕੁਲ ਐਵੇਂ ਹੀ ਹੈ, ਐਵੇਂ ਹੀ ਹੈ ਕਿ ਜਿਹੜੀ ਜਿਹੜੀ ਬੂਟੀ ਹੈ ਉਹ ਜ਼ਮੀਨ ਦੀ ਸੱਕੀ ਉਲਾਦ ਹੈ, ਤੇ ਜਿਹੜੀ ਆ ਫਸਲ ਹੈ ਉਹ ਜ਼ਮੀਨ ਦੀ ਮਤਰੇਈ ਉਲਾਦ। ਹਾਂ, ਇਹ ਐਵੇਂ ਹੀ ਹੁੰਦਾ। ਆਮ ਦਾ ਭਰਾ ਹੈ। ਕਿਹੜਾ ਭਰਾ ਹੈ? ਜਿਹੜੀ ਬੂਟੀ ਲਾਉਂਦਾ ਉਹਦਾ ਭਰਾ ਹੈ। ਵਾਹ, ਚਿੜਿਆ ਵਾ, ਇਹ ਵੀ ਤਰੋਟ ਚੜੇ ਪਏ ਨੇ ਮਾਸ਼ਾਅੱਲਾ। ਅੱਜ ਤਾਂ ਠੰਡਾ ਮਿੱਠਾ ਮੌਸਮ ਹੈ, ਕਿਉਂ ਜ਼ਿਆਦ ਸਾਹਿਬ? ਅੱਜ ਤਾਂ ਠੰਡਾ ਰਹਿਮਤ ਕੀਤੀ, ਬਾਰਿਸ਼ ਪਾਈ। ਹਾਂ, ਮਜ਼ਾ ਆ ਗਿਆ, ਠੰਡਾ ਮਿੱਠਾ ਮੌਸਮ ਹੈ ਜਨਾਬ। ਤੂੰ ਤਿੰਨ ਚਾਰ ਕਿਆਰਿਆਂ ਦੀ ਧੂੜ ਪੱਟ ਦੇਣੀ ਹੈ, ਠੀਕ ਹੈ ਜੀ? ਜਿਹੜੇ ਸਾਡੇ ਦੋਸਤ ਚੈਨਲ 'ਤੇ ਨਵੇਂ ਨੇ, ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਵੀ ਦਬਾ ਦਿਓ, ਸ਼ੁਕਰੀਆ। ਆਓ ਜੀ, ਸਾਡੇ ਮਿੱਤਰ ਹੋਰ ਵੀ ਦੋ ਇੱਥੇ ਪਹੁੰਚ ਆਏ ਨੇ, ਸਾਕਬ ਲਸ਼ਾਰੀ ਅਤੇ ਰਿਜ਼ਵਾਨ ਲਸ਼ਾਰੀ। ਰਿਜ਼ਵਾਨ ਲਸ਼ਾਰੀ ਦੇ ਬਾਰੇ 'ਚ ਮੈਂ ਇਹੀ ਕਹਾਂਗਾ ਕਿ ਆਪਦੇ ਵਕਤ ਦੇ ਵਲੀ ਨੇ, ਨੀਅਤ ਦੇ ਵਲੀ। ਜਦੋਂ ਵੀਡੀਓ ਨਹੀਂ ਬਣ ਰਹੀ ਸੀ, ਚੁੱਪ ਕਰਕੇ ਬੈਠੇ, ਯਾਰ ਵੀਡੀਓ ਬਣਨਾ ਸ਼ੁਰੂ ਹੋਈ ਹੈ ਅਤੇ ਬੂਟੀ ਪੱਟਣ ਲੱਗ ਪਏ ਨੇ। ਅਸੀਂ ਆਹ ਮੈਨੂੰ ਮਜ਼ਾਕ ਨਾਲ ਪੰਧ ਕਹਿੰਦਾ, ਪੰਧ ਪੀਆ ਰਹਿੰਦਾ,
ਕਦੇ ਤਾਂ ਯੂਟਿਊਬ ਵਾਲਾ ਵੀ ਪੰਧ ਪੂਰਾ ਹੋ ਸੀ ਇਹ ਹੈ ਜੀ। ਰਿਜ਼ਵਾਨ ਸਾਹਿਬ ਕੀ ਕਹੋਗੇ ਬੂਟੀ ਦੇ ਹਵਾਲੇ ਨਾਲ ਤੇ ਤਿੱਲੀ ਦੇ ਹਵਾਲੇ ਨਾਲ? ਬੂਟੀ ਜੀ ਮਾਸ਼ਾਅੱਲਾ ਬੜੀ ਤੁਹਾਡੀ ਐਤਕੀ ਹੋਈ ਹੈ। ਬੂਟੀ ਬੜੀ ਉਹਦੇ ਤਿਲ ਨਹੀਂ ਗਏ ਜੀ, ਬੂਟੀ ਤੁਹਾਡੀ ਗਣੀ ਹੋਈ ਹੈ ਮਾਸ਼ਾਅੱਲਾ ਜੀ। ਤੁਸੀਂ ਜਿਹੜੀ ਸ਼ਾਇਦ ਬੀਜਦੇ ਨੇ ਉਹ ਘੱਟ ਹੁੰਦੀ ਹੈ, ਜਿਹੜੀ ਨਹੀਂ ਬੀਜਦੇ ਉਹ ਗਣੀ ਹੁੰਦੀ। ਅਸਲ ਰਿਜ਼ਵਾਨ ਸਾਹਿਬ ਮੈਂ ਅੱਗੇ ਅਨੂ ਜ਼ਿਆਨ ਨੂੰ ਦੱਸ ਰਿਹਾ ਸੀ ਵੀ ਜਿਹੜੀਆਂ ਹੁੰਦੀਆਂ ਨਾ ਜਿਹੜੀ ਬੂਟੀਆਂ ਇਹ ਜ਼ਮੀਨ ਦੀ ਹੁੰਦੀਆਂ ਨੇ ਸੱਕੀ ਔਲਾਦ ਜੀ ਜੀ, ਤੇ ਜਿਹੜੀ ਫਸਲ ਹੁੰਦੀ ਉਹ ਮਤਰੇਈ ਹੁੰਦੀ ਤੇ ਹਮੇਸ਼ਾ ਔਲਾਦ ਸੱਕੀ ਹੀ ਪਿਆਰੀ ਹੁੰਦੀ ਹੈ। ਸਾਡੇ ਵਾਲੀ ਜ਼ਮੀਨ ਨੇ ਤੇ ਸੱਕੀ ਨੂੰ ਗਣਾ ਹੀ ਗਾਲ ਨਾਲ ਲਾਇਆ ਹੋਇਆ ਹੈ।